ਮਾਰ ਥਾਪੀ ਤੇ ਲਲਕ ਦਾ ਮਾਰ ਖੁਸ਼ਾਬ ਵਾਲਾ ਗਿਰ ਗਿਆ। ਅਰੇ ਤੇਰੀ ਖੈਰ ਆ ਜਾ ਖੁਸ਼ਾਬ ਵਾਲਿਓ, ਏ ਆ ਜਾ ਬਾਹਰ, ਜਵਾਨ ਆ ਗਈ ਬਾਹਰ। ਜਵਾਨ ਕਿੱਥੇ ਹੈ? ਸ਼ੇਪਰੇ ਦਾ ਜਵਾਨ ਆਇਆ, ਆ ਜਾ ਆ ਕਬੱਡੀ ਖੇਡ ਮੇਰੇ ਨਾਲ, ਆ ਤੈਨੂੰ ਪਤਾ ਲੱਗੇ ਕਿਵੇਂ ਸ਼ੇਪਰੀਆਂ ਨਾਲ ਖੇਡੀਦਾ। ਖੁਸ਼ਾਬ ਵਾਲਿਆ ਸੱਦਾ ਮਾਰਦੇ ਪਿਆ, ਖੁਸ਼ਾਬ ਵਾਲਿਆ ਚੈਲੰਜ ਹੋ ਗਈ। ਉਹਦਾ ਕੱਪੜੇ ਮੈਂ ਗਾਸ ਕਰਨਾ ਫਿਰ ਤਕੜਾ ਆ ਜਾ ਫਿਰ ਲਾ ਕੇ ਪਿਆ ਆਵੇ ਜਵਾਨ। ਚੰਡਾ ਬੜੀਆਂ ਮਾਰਦਾ ਜੇ, ਆਵੇ ਫਿਰ ਪਤਾ ਲੱਗੇ, ਫਿਰ ਇੱਥੇ ਵਿੱਚ ਮੈਦਾਨ ਦੇ ਆਵੇ ਪਤਾ ਲੱਗੇ। ਅੱਛਾ ਕਿਵੇਂ ਖੇਡਦੀ ਇੱਧਰ, ਬੈਠ ਕੇ ਮਾਰੋ ਇੱਕ ਵਾਰੀ, ਪ੍ਰੈਸ਼ਰ ਪਾਓ ਥੋੜਾ। ਹਾਂ ਦੌਰੇ ਵੀ ਚੁੱਕਣੀ ਹੈ, ਦੌਰੇ ਦਾ ਵੀ ਚੈਲੰਜ ਹੋਇਆ ਹੈ, ਦੌਰੇ ਦਾ ਚੈਲੰਜ ਸਾ ਜੀ, ਡੰਡ ਵੀ ਮਾਰ ਦਿਆਂਗੇ। ਵਾਹ ਬੇ ਵਾਹ, ਦੌਰੇ ਆ ਜਾ ਚੈਲੰਜ ਨਹੀਂ। ਹਾਂ ਜੀ, ਕਿਤਨਾ ਇਨਾਮ ਹੈ ਦੋ ਡੰਡਾ ਤੇ? ਵਾਹ ਬੇ ਵਾਹ, ਮਿਹਨਤ ਹੋ ਰਹੀ ਹੈ ਜਵਾਨ, ਪੂਰੀ ਮਿਹਨਤ ਕਰ ਰਿਹਾ, ਕਿਉਂਕਿ 10 ਦਿਨ ਦਾ ਟਾਈਮ ਲਿਆ ਇਹ ਪਹਿਲਵਾਨ, ਮੈਂ ਟ੍ਰੇਨਿੰਗ ਕਰਕੇ ਦੌਰੇ ਚੁੱਕਾ ਦਾ। ਵੈਰੀ ਗੁੱਡ, ਆਹ ਪਹਿਲਵਾਨ ਹੀ ਇੱਕ ਮੁਜ਼ੱਫਰਗੜ੍ਹ ਤੋਂ, ਜ਼ਿਲ੍ਹਾ ਮੁਜ਼ੱਫਰਗੜ੍ਹ, ਕਿਆ ਬਾਤ ਹੈ ਜੀ। ਉਮਰ ਭਾਵੇਂ ਜਿਤਨੇ ਵੀ ਹੋ ਜਾਏ, ਸ਼ੌਕ ਜਵਾਨ ਰਹਿੰਦਾ। ਬੜਾ ਜੋੜ ਕੀ ਕਰਨਾ ਪਿਆ? ਪਾਣੀ ਰੱਖਿਆ ਉੱਥੇ ਹੁੰਦਾ ਬਰੀਕ ਜਿਹਾ ਪੜਦਾ, ਉਹ ਲਾਇਆ ਵੇ ਵਾਦੇ ਨੂੰ ਨਾ ਕਿਸੇ ਬਰਤਨ ਦੇ ਵਿੱਚ ਪਾਣੀ ਦੇ ਵਿੱਚ ਉਬਾਲਿਆ, ਚਮਚੀ ਹਲਦੀ ਦੀ ਸੱਜ ਕੇ, ਯਾਨੀ ਕਿ ਸਾਰੀ ਸਮੈਲ ਜਿਹੜੀ ਖਤਮ ਕੀਤੀ, ਤੇ ਹੁਣ ਜਿਹੜਾ ਨਿੱਕੇ ਨਿੱਕੇ ਪੀਸ ਕਾੜ ਕੇ ਥੱਲੇ ਮਸਾਲਾ ਚੰਗੇ ਕਿਸੇ ਤਰ੍ਹਾਂ ਬੁਣਿਆ, ਬਸ ਉਹ ਜ਼ਮੀਨ ਬੁਣਾਈ ਕਰ ਰਿਹਾ, ਕਾਲੀਆਂ ਮਿਰਚਾਂ ਤੇ ਨਿਮਕ ਰੂਮਤ ਥੋੜਾ ਜਿਹਾ ਤੇ ਥੋੜੇ ਜਿਹੇ ਟਮਾਟਰ ਤੇ ਥੋੜਾ ਜਿਹਾ ਗੱਡਾ, ਤੇ ਜਦੋਂ ਆਪਾਂ ਰੈਡੀ ਹੋਏ ਪਹਿਲਾਂ ਵੇਖੇ ਨਾ, ਉਹ ਤੁਹਾਨੂੰ ਗਿਓ ਆ ਗਿਆ ਵਿਆਹ ਸਾਰੇ